ਸਾਡਾ ਗੁਰਦੁਆਰਾ ਜੀ ਵੀਰਦਾ ਸਰਪੰਚ, ਮੈਂ ਬਹੁਤ ਧੰਨਵਾਦੀ ਹਾਂ ਲੱਕਾ ਵਾਸੀਆਂ ਪਿੰਡ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਕੀਮਤੀ ਵੋਟ ਪਾ ਕੇ ਪਿੰਡ ਦਾ ਸਰਪੰਚ ਬਣਾਇਆ। ਅੱਡਾ ਗੱਗੂ ਦੇ 3 ਵਾਰ ਸਰਪੰਚ ਬਣੇ ਆ। ਹੁਣ ਸਾਡੀ ਨੌਂ ਦੂਤਾ ਆ ਜਿਹੜੀ ਹਰਜਿੰਦਰ ਕੌਰ, ਪਤੀ ਜਸਪਾਲ ਸਿੰਘ, ਇਹ ਬਣੀ ਆ ਜੀ। ਅਸੀਂ ਇੱਕ ਜਦੋਂ ਤੋਂ ਬਣਦੇ ਆਏ ਹਾਂ, ਅਸੀਂ ਉਹ ਚੀਜ਼ ਲੈ ਕੇ ਚੱਲੇ ਹਾਂ ਵੀ ਜਾਂ ਸਾਨੂੰ ਕਿਸੇ ਨੇ ਵੋਟ ਪਾਈ ਆ ਜਾਂ ਨਾ ਨਹੀਂ ਪਾਈ, ਅਸੀਂ ਸਭਨਾਂ ਦੇ ਕੰਮ ਕਰਨੇ ਆ। ਗਲੀਆਂ ਨਾਲੀਆਂ ਹੋਏ, ਵਿਕਾਸ ਦੇ ਕਿਸੇ ਰਸਤੇ ਹੋ ਗਏ, ਜਾਂ ਕਹਿਣ ਦਾ ਭਾਵ ਕੋਈ ਵੀ ਆ, ਪੈਨਸ਼ਨਾਂ ਹੋ ਗਈਆਂ, ਅਸੀਂ ਬਿਨਾਂ ਭੇਦਭਾਵ ਸਾਰਿਆਂ ਨੂੰ ਲਵਾਉਂਦੇ ਹਾਂ। ਸਰਕਾਰ ਪਾਸ ਇਹ ਬੇਨਤੀ ਕਰਦਾ ਜੀ ਵੀ ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰ ਤੁਰੇ ਫਿਰਦੇ ਆ, ਇਹਨਾਂ ਨੂੰ ਰੁਜ਼ਗਾਰ ਦਿਓ। ਮੌਕੇ ਸਰਕਾਰ ਤੋਂ ਬੇਨਤੀ ਕਰਦਾ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਸਾਨੂੰ ਜਿਹੜੀਆਂ ਗ੍ਰਾਂਟਾਂ ਦਿਓ, ਅਤੇ ਅਸੀਂ ਜਿਹੜੇ ਲੋਕਾਂ ਦਾ ਕੰਮ ਆ, ਜਿਸ ਤਰ੍ਹਾਂ ਸੀਵਰੇਜ ਆ ਜਾਂ ਗਲੀਆਂ ਨਾਲੀਆਂ ਜਾਂ ਕਹਿਣ ਦਾ ਭਾਵ ਕੋਈ ਵੀ ਆ, ਅਸੀਂ ਉਹਨਾਂ ਦੇ ਸਾਰੇ ਕੰਮ ਕਰਾਂਗੇ। ਸਰਕਾਰ ਪਾਸੋਂ ਮੰਗ ਆ ਜੋ ਵੀ ਸਹੂਲਤਾਂ ਮੰਨ ਲਓ ਉੱਤੇ ਉੱਤੋਂ ਪਹੁੰਚਾਈਆਂ ਜਾਂਦੀਆਂ ਵਾ, ਉਹ ਥੱਲੇ ਪੂਰੇ ਥੱਲੇ ਤਾਂ ਹੀ ਪਹੁੰਚਦੀਆਂ ਨਹੀਂ ਆ, ਉਹ ਵਿੱਚ ਰਾਹ 'ਚ ਹੀ ਰਹਿ ਜਾਂਦੀਆਂ ਵਾ। ਇਹ ਸਾਡੀ ਮੰਗ ਆ ਸਰਕਾਰ ਤੋਂ ਵੀ ਇਹ ਜੋ ਵੀ ਹੈਗੀਆਂ ਸਹੂਲਤਾਂ ਉਹ ਸਾਡੇ ਥੱਲੇ 'ਤੇ ਪਹੁੰਚਾਈਆਂ ਜਾਣ ਅਤੇ ਲੋਕਾਂ ਨੂੰ ਜਿਹੜਾ ਗਰੀਬ ਲੋਕਾਂ ਨੂੰ ਸਹੂਲਤ ਮਿਲੇ।